ਕਿਰਤ ਕਰਨੀ ਹੈ ਮਨ ਦੀ ਸ਼ਬਦ ਦੀ ਜੇ ਜੰਮਣ ਮਰਨ ਦੇ ਵੇਗ ਤੋਂ ਫਿਟਣਾ ਇਸ ਗੇਟ ਤੋਂ ਨਿਕਲਣਾ ਇਸੇ ਜਗ ਇਸੇ ਜਿਹੜਾ ਹੁਣ ਜਨਮ ਮਿਲਿਆ ਇਹਦੇ ਜੇ ਕਿਰਤ ਕਰਨੀ ਹੋਏਗੀ ਨਾਮ ਦੀ ਨਾਮ ਦੀ ਕਮਾਈ ਕਰਨੀ ਪਏਗੀ ਕਿਉਂਕਿ ਲਹੇ ਕਮਾਣਾ ਇੱਕ ਜਗ ਅੱਗੇ ਪਤਾ ਨਹੀਂ ਕੀ ਹੋ ਜਾਣਾ ਜੇ ਸਾਡੇ ਕੋਲ ਅੱਜ ਬੈਠ ਪਾਰਸ ਹੈ ਅੱਜ ਕੋਲ ਨਾਮ ਹੈ ਅਸੀਂ ਛੁਪੀ ਸਕਦੇ ਜਮਾਨੇ ਮਾਰ Yeah.
ਜਿਨ੍ਹਾਂ ਨੇ ਆਪ ਵੀ ਤਾਰਿਆ ਆਪਣਾ ਆਪ ਤੇ ਦੂਸਰੇ ਨੂੰ। ਉਹ ਜੱਟ ਪ੍ਰਵਾਨ ਨੇ, ਉਹ ਕੁੱਲ ਪ੍ਰਵਾਨ ਹੈ, ਉਹ ਭਗਤ ਪ੍ਰਵਾਨ, ਆਓ ਭਗਤ ਪ੍ਰਵਾਨ ਹੈ। ਬਾਬੇ ਫਰੀਦ ਜੀ ਨੂੰ ਜਦੋਂ ਬਾਣੀ ਚ ਆਪਾਂ ਪੜ੍ਹਦੇ ਹਾਂ ਤੇ ਬਾਬਾ ਫਰੀਦ ਜੀ ਸਲੋਕਾਂ ਚ ਲਿਖਦੇ ਹਨ, ਕਮਨ ਸੌਖਰ ਕਮਨ ਕਮਨ ਸੁਮਣੀਆ ਮਨ। ਉਹ ਕਿਹੜੇ ਅੱਖਰ ਨੇ, ਉਹ ਕਿਹੜਾ ਮੰਤਰ ਜਿਹਦੇ ਨਾਲ ਮੈਂ ਪੜ੍ਹ ਕੇ ਮੇਰਾ ਜੀਵਨ ਲਿਖੇ ਲੱਗ ਜਾਏ, ਪ੍ਰੀਤ ਬਣ ਜਾਏ। ਤੇ ਬਾਬਾ ਜੀ ਕਹਿ ਰਹੇ ਅਗਲੀ ਪੰਕਤੀ ਚ, ਬਾਬਾ ਫਰੀਦ ਜੀ ਨਿਵਨ ਸੌਖਰ ਕਮਨ ਨਿਵ ਜਾ, ਧੂੜ ਬਣ ਜਾ ਸੰਸਾਰ ਨਿਵਨ ਸੌਖਰ ਖਬਰ ਗੁਣ ਜੇਬਾ ਬਣਿਆ ਮਨ। ਇਹ ਜਿਹੜੀ ਜ਼ਬਾਨ ਹੈ, ਇਹ ਜਿਹੜੀ ਇਹ ਤਲਵਾਰ, ਜ਼ਬਾਨ ਨਹੀਂ ਤਲਵਾਰ, ਇਹ ਮਿੱਠਾ ਬਣਾ ਜੇਬਾ ਬਣਿਆ, ਇਸ ਨਾਲ ਮੰਤਰ ਜਪਣਾ ਸ਼ੁਰੂ ਕਰ, ਮਾਲਾ ਬਣਾ ਲੈ, ਸੰਸਾਰ ਦੀ ਪ੍ਰਵਾਹ ਨਾ ਕਰੇ। ਜੇਬਾ ਬਣਿਆ ਮਨ, ਇਹ ਜੋ ਇਹ ਤਰ੍ਹਾਂ ਭੈਣੇ ਵੇਸ ਕਰ, ਇਹ ਤਿੰਨ ਨਿਵਣਾ ਸਾਗਣ ਸੰਤੋਖ ਤੇ ਮਿੱਠਾ ਬੋਲਣਾ ਸ਼ੁਰੂ ਕਰ ਲੈ ਤਾਂ ਬਸ ਆਵੇਗਾ। ਤੇ ਗਲਤ ਜਿਹੜਾ ਇਹ ਪਰਮਾਤਮਾ, ਪਰਮਾਤਮਾ ਨੂੰ ਗਲਤ ਕਿਹਾ, ਇਹ ਤੇਰੇ ਨਾਂ ਵਾਸਤੇ ਜਾਏ। ਤੇ ਫਿਰ ਅੱਗੇ ਲਿਖਿਆ ਉਹਨਾਂ ਨੇ, ਜੇ ਤੇਰੇ ਕੋਲ ਇੰਨੀ ਮਾਇਆ ਹੈ, ਸ਼ੁੱਧ ਹੈ, ਚਤਰਾਈ ਹੈ, ਤੇ ਕਹਿੰਦੇ ਨੇ ਮਤ ਹੁੰਦੀ ਹੋਏ ਬਿਆਨ, ਜੇ ਤੇਰੇ ਕੋਲ ਮਤ ਹੈ ਤੇ ਕਿਸੇ ਗਰੀਬ ਦਾ ਭਲਾ ਕਰਕੇ ਨਾ ਜਿੱਤਾ, ਮਤ ਹੁੰਦੀ ਹੋਏ ਆਣਾ ਤਾਣ ਹੁੰਦੀ, ਜੇ ਤੇਰੇ ਕੋਲ ਦੌਲਤ ਹੈ, ਤਾਕਤ ਹੈ, ਤਾਣ ਹੁੰਦੀ ਹੋਏ ਨੇ ਤਾਣਾ ਤਾਣਾ ਬਣ ਜਾ। ਅਣਹੁੰਦਾ ਆਪ ਮਿਟਾਏ ਸਾਰਿਆਂ ਚ ਵੰਡਣ ਦੀ ਗੱਲ ਕਰ, ਬਾਬੇ ਨਾਨਕ ਵਾਲੀ ਨਾਮ ਜਪੋ ਵੰਡ ਛਕੋ, ਇਹ ਵਾਲੀ ਗੱਲ ਕਿਰਤ ਕਰੋ, ਨਾਮ ਜਪੋ ਵੰਡ ਛਕੋ। ਕੋਈ ਐਸਾ ਭਗਤ ਕਹਿੰਦੇ, ਕੋਈ ਐਸਾ ਭਗਤ ਸਦਾਏ, ਕੋਈ ਐਸਾ ਬਿਰਲਾ ਹੀ ਸੰਸਾਰ ਦੇ, ਕਹਿੰਦੇ ਨੇ ਕਿ ਫਿਕਰ ਨਾ ਕਲਾਏ ਦਾ ਸਭਨਾ ਮੈਂ ਸੱਚਾ ਦਾ ਨਾ ਬੋਲ ਫਿਕਰ। ਬਾਣੀ ਦੀਆਂ ਪੰਕਤੀਆਂ ਬਾਬੇ ਨਾਨਕ ਨੇ ਲਈਆਂ ਹੋਈਆਂ 15, ਬਾਣੀ ਦੇ ਵਿਚਾਰ ਆ ਜਾਏ ਕਲਯੁਗ ਦੇ ਅੰਦਰ ਸੰਜੀਵਨ ਕਰ ਜਾਏਗਾ। ਕੀ ਕਹਿੰਦੇ ਨੇ, ਕਲਯੁਗ ਕੇ ਉਪਕਾਰ ਸੁਣ, ਜਿਹਦੇ ਅੰਦਰ ਤੇਰਾ ਪਿਆਰ ਹੈ, ਸ਼ਰਧਾ, ਸ਼ਰਧਾ ਭਾਵਨਾ, ਪਾਓ ਭਗਤ ਪ੍ਰਵਾਨ ਹੈ। ਪਰਵਾਨ
ਸਾਧਨ ਬਾਣੀ ਦੀ ਸਾਧਨ ਜਿਨ੍ਹਾਂ ਨੇ ਕੀਤੀ ਉਹ ਤਰ ਗਏ ਉਹਨਾਂ ਨੇ ਅਕਾਲ ਪੁਰਖ ਦੀ ਸਿਫਤ ਕੀਤੀ ਕਲਯੁਗ ਵਿੱਚ ਕਰਮ ਧਰਮ ਪਖੰਡ ਜੋ ਦਿੱਤੇ ਕਹਿੰਦੇ ਜਿਹੜੇ ਕਲਯੁਗ ਦੇ ਕਰਮ ਨੇ ਜਿਹੜਾ ਧਰਮ ਕਮਾਇਆ ਜਾ ਰਿਹਾ ਹੈ ਪਖੰਡ ਜੋ ਦਿਸੇ ਤਿੰਨ ਜਮ ਜਾ ਕਰਦੀ ਲੁੱਟ ਨਿਰਵਾਣ ਕੀਰਤਨ ਗਾਓ ਕਰਦੇ ਨਿਸ਼ਕਾਮ ਹੋ ਕੇ ਲੋਕ ਹੋਰ ਇਸ ਤੋਂ ਰਹਿਣ ਤੋਂ ਜਿਸ ਨਿਮਕ ਨਿਮਕ ਸਿਮਰਤ ਜੈ ਚੁੱਕੇ ਇੱਕ ਨਿਮਕ ਦਾ ਇੱਕ ਘੜੀ ਦਾ ਕੀਰਤਨ ਚ ਬੈਠਿਆ ਹੋਇਆ ਨਾਮ ਜਪਿਆ ਹੋਇਆ ਸਾਧਸੰਗ ਚ ਬੈਠਿਆ ਹੋਇਆ ਜਮਾ ਨੀ ਮਾਰ ਚੁੱਕੀ ਜਾਓ ਸੰਤੋ ਸਾਗਰ ਬਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੇ ਹੁਣ ਇੱਥੇ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਤਨ ਕਿਹਾ ਗਿਆ ਸਾਧੂ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਗਿਆ ਗੁਰਮੁਖ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਗਿਆ ਕਿਸੇ ਸਰੀਰ ਨੂੰ ਨਹੀਂ ਕਿਹਾ ਗਿਆ ਜੇ ਕੋ ਬਚਨ ਕਮਾਵੇ ਸੰਤਨ ਜਿਸ ਨੇ ਬਚਨ ਕਮਾ ਲਿਆ ਤੇ ਮਹਾਰਾਜ ਕਿਰਪਾ ਕਰਨ ਅੱਜ ਦਾ ਦਿਹਾੜਾ ਬੜਾ ਬਖਸ਼ਿਸ਼ ਵਾਲਾ ਹੈ ਆਓ ਬੜੇ ਪਿਆਰ ਨਾਲ ਸਤਿਗੁਰੂ ਦੀ ਦਿਆਲਤਾ ਸ਼ਰਧਾ ਪ੍ਰੀਤ ਲੈ ਕੇ ਘਰ ਚ ਜਾਣਾ ਹੈ ਕਿਉਂਕਿ ਬਾਬੇ ਨਾਨਕ ਦਾ ਅੱਜ ਜੋ ਵਿਚਾਰ ਹੈ ਮਤ ਹੈ ਉਹਨਾਂ ਦੀ ਧਾਰਾ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਏ ਦੀ ਤਰ੍ਹਾਂ ਅਸੀਂ ਉਹ ਕੰਮ ਨਹੀਂ ਕਰਨਾ ਜਿਹੜਾ ਸਾਨੂੰ ਪਿੱਛੇ ਲੈ ਜਾਏ ਚਾਰ ਕਰਨਾ ਅਸੀਂ ਅੱਗੇ ਦੀ ਗੱਲ ਕਰਨੀ ਹੈ ਅੱਗੇ ਤੇ ਅੱਗੇ ਜਾਣ ਵਾਸਤੇ ਸਾਨੂੰ ਫਿਰ ਗੁਰੂ ਦੀ ਸ਼ਰਧਾ ਤੇ ਪ੍ਰੀਤ ਲੈਣੀ ਪਏਗੀ ਉਹਦੇ ਪਾਤਰ ਬਣਨਾ ਪਏਗਾ ਉਸ ਮਾਤਰਾ ਵਾਸਤੇ ਉਸ ਕਹਿੰਦੇ ਨੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਉਹਦਾ ਸੁਭਾਅ ਹੈ ਜਿਹੜਾ ਉਹਦੇ ਚਰਨ ਤੇ ਆ ਕੇ ਟਿਕ ਜਾਏ ਉਹਦੇ ਅੱਗੇ ਆਪਣੇ ਸਾਰੇ ਔਗਣ ਰੱਖਦੇ ਕਿਸੇ ਪੁਰਖ ਨੇ ਕਿਹਾ ਕਿ ਜੇ ਤੁਸੀਂ ਆਪਣੇ ਆਪ ਨੂੰ ਬਖਸ਼ਵਾਉਣਾ ਹੈ ਜੇ ਅਕਾਲ ਪੁਰਖ ਦੇ ਅੱਗੇ ਦੇਵ ਕਰਕੇ ਕਮਰਾ ਬੰਦ ਕਰਕੇ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੁੜ ਜਾਣ ਅੱਡੀਆਂ ਜੋੜ ਕੇ ਅਰਦਾਸ ਕਰੋ ਕਿ ਮੈਂ ਇੱਥੇ ਵੀ ਗਲਤ ਹਾਂ ਮੈਂ ਇੱਥੇ ਵੀ ਮਾੜਾ ਵਾਂ ਮੈਂ ਇੱਥੇ ਵੀ ਬੁਰਾ ਵਾਂ ਮੇਰੇ 'ਚ ਇਹ ਵੀ ਕਮੀ ਹੈ ਇਹ ਵੀ ਕਮੀ ਹੈ ਤੇ ਫਿਰ ਉਹ ਬਖਸ਼ਿਸ਼ ਕਰਦਾ ਹੈ ਮਿਹਰ ਕਰਦਾ ਹੈ ਫਿਰ ਬੰਦੇ ਦੇ ਅੰਦਰ ਨਾਮ ਚੱਲਦਾ ਗੁਰਬਾਣੀ ਦੀ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਆਓ ਸਾਰੇ ਬੜੇ ਪਿਆਰ ਨਾਲ ਇਸ ਸ਼ਬਦ ਨੂੰ ਸੰਗਤ ਦੇ ਰੂਪ ਵਿੱਚ ਆਪਣੀ ਰਸਨਾ ਨਾਲ ਸਾਰਿਆਂ ਨੇ ਗਾਣਾ ਇਹ ਸ਼ਬਦ ਪੜ੍ਹਨਾ ਤਾਂ ਕਿ ਸਾਡਾ ਜਨਮੇ ਸੁਹੇਲਾ ਇਹ ਲੋਕ ਸੁਖੀ ਪ੍ਰਵੇਕ ਸੁਹੇਲੇ ਬਣ ਸਕਣ ਆਓ ਸਤਸੰਗਤ ਜੀ